गल्लां नहीं करनियां कम वड्डे करनियां क्योंकि लोकां नूं सुनाई घट ते दिखाई ज्यादा दिंदा। सत श्री अकाल जी, संधू डेयरी फार्म ते तुहाडा स्वागत है। लै मित्रो, अज दी जिहड़ी वीडियो बनाउण लगे आ अपने फार्म तों पिंड रामगढ़ संधुआ जिला संगरूर तों, लै शेयर कमेंट करियो क्योंकि कमेंट ते शेयर करन वालिआं नूं आपां मोहरां दी देवांगे कट्टी दप के शेयर ते कमेंट। गड्डी दिखावांगे दो दंद इहदी लवांगे डिटेल वी की गल्लबात आ, है ना। जिवें गड्डी चों उतरी आ ओवें ही तुहाडे सामने देखो पेश करती ते ब्यूटी कमाल दी आ, है ना। ते बाकी गल्लां बातां इहदी एंड तों एंड तक डिटेल दे दांगे। लास्ट तक देखियो, लाइक शेयर कमेंट जरूर करियो। एक वारी तुहाडी जानकारी लई फिर दस्सदा वी क्यों शेयर करन ते कमेंट करन वालिआं नूं मिलूगी मोहरां दी कट्टी लक्की ड्रा च आपां पावांगे पर्चियां उहनां दीआं कमेंट करन वालिआं दीआं। ते आ चोटी दा देख लो की डिटेल आ, है ना। ते जिवें हले हुणी उतरी आ गड्डी चों, थोड़ा जिहा पशु उपरां दा थोड़ा एक दो वारी करदी आ, है ना। पर कट्टी आ यार जिहनूं कहिंदे हुंदे आ चलो कट्टी जमदीआं, है ना। ते पिंड दा नाम रामगढ़ संधुआं जिला संगरूर दा पिंड आ, नेड़े रहि जांदा लहरा गागा। ਤੇ ਇਹ ਕੱਟੀ ਮਿਲੂਗੀ ਅੱਜ ਦੋ ਦੰਦ ਤੋਹਫਾ ਆਇਆ, ਹੈ ਨਾ। ਕਿਉਂ ਛੰਨ ਸ਼ੌਕੀਆਂ ਸੀ ਵੀ ਨਸਲੀ ਚੀਜ਼ਾਂ ਦੇ, ਹੈ ਨਾ। ਤੇ ਨਸਲ ਭਰਪੂਰ ਝੋਟੀ ਸ਼ਕੀਨ ਸ਼ਕੀਨ ਤਾਂ ਉਹੀ ਗੱਲ ਆ ਜੇ ਕੋਈ ਬੰਦਾ ਜਿਵੇਂ ਚਾਹੁੰਦਾ ਨੀ ਹੈਗਾ ਯਾਰ ਵੀ ਸ਼ਕੀਨ ਜਿਹਾ ਪਸ਼ੂ ਲੈਣਾ, ਹੈ ਨਾ। ਤੇ ਆਹ ਦੇਖ ਲਓ ਮੂਰਤ ਆ ਯਾਰ ਜਿਵੇਂ ਕਹਿੰਦੇ ਨੀ ਹੈਗੇ ਹਰ ਕੱਟੀ ਨੇ ਨਾ ਮਿੱਤਰੋ ਪਹਿਲੇ ਸੂਏ 15 ਤੋਂ ਪਲੱਸ ਦੁੱਧ ਦੇਣਾ। ਆਹ ਦੇਖੋ ਆਪਾਂ ਨੇ ਕੋਈ ਨਮਾਈ ਧਮਾਈ ਨੀ ਹੈਗੀ ਤੇ ਜਿਵੇਂ ਹੈਗੀ ਤੀਗੀ ਉਵੇਂ ਤੁਹਾਡੇ ਸਾਹਮਣੇ ਪੇਸ਼ ਕਰਤੀ ਦੇਖੋ, ਹੈ ਨਾ। ਤੇ ਆਹ ਦੇਖੋ ਮੋਹਰਾਂ ਦਾ ਉਹੀ ਗੱਲ ਆ ਤੋਹਫੀ ਆ, ਕਿਉਂ ਛੇਤੀ ਛੇਤੀ ਇੰਨਾ ਸ਼ਕੀਨ ਪਣ ਉਹੀ ਗੱਲ ਆ, ਹੈ ਨਾ। ਸਿੰਘ ਤੋਂ ਤਾਂ ਕਿਆ ਬਾਤਾਂ ਨੇ ਯਾਰ, ਹੈ ਨਾ। ਵਧੀਆ ਐਨ ਚੰਗੇ ਕੱਦ ਕਾਠ ਦੀ ਤੇ ਆਪਣੀ ਥਣ ਥਨੌਟ ਜਿਵੇਂ ਪਹਿਲਣ ਨੂੰ ਛੇਤੀ ਲੱਗਦਾ ਨਹੀਂ ਇੱਦਾਂ ਦਾ ਜਿਹੜਾ ਇਹਨੂੰ ਲੱਗਿਆ ਹੋਇਆ। ਤੇ ਫੇਸ ਕੁਆਲਿਟੀ ਤਾਂ ਜੇ ਕਿਤੇ ਰੀਜਨਲ, ਕੋਈ ਸਿੰਗ ਨਹੀਂ ਕਰਵਾਇਆ ਹੋਇਆ ਤੇ ਥਣ ਅੱਗੇ ਪਿੱਛੇ ਦੀ ਅਗਾੜੀ ਪਿਛਾੜੀ ਦਾ ਐਨ ਟੌਪ ਦਾ, ਨਮਾਈ ਧਮਾਈ ਵੀ ਨਹੀਂ ਹੈਗੀ। ਤੇ ਜੇ ਗੱਲ ਕਰ ਲਈਏ ਵੀ ਇੱਕ ਤਾਂ ਹੁੰਦਾ ਵੀ ਨਵਾ ਧਮਾ ਕੇ ਵੀਡੀਓ ਪਾਉਣੀ, ਇਹਦੇ 15 ਤਰੀਕ ਨੂੰ ਤਾਂ ਦਿਨ ਪੂਰੇ ਹੋਣੇ ਆ ਮਿੱਤਰੋ, 15 ਤਰੀਕ ਨੂੰ ਤਾਂ ਇਹਦੇ ਦਿਨ ਪੂਰੇ ਹੋਣੇ ਆ। ਤੁਸੀਂ ਆਪ ਅੰਦਾਜ਼ੇ ਲਾ ਲਓ ਵੀ ਕੱਟੀ ਕੀ ਗੱਲਬਾਤ ਕਰੂਗੀ। ਆਹ ਦੇਖੋ ਐਨ ਤੋਹਫਾ ਤੁਹਾਡੇ ਸਾਹਮਣੇ ਪੇਸ਼ ਕਰਿਆ ਅੱਜ, ਕਿਉਂ ਬਹੁਤ ਭਰਾ ਕਹਿੰਦੇ ਆ ਯਾਰ ਵੀ ਨਸਲੀ ਨਸਲੀ ਚੀਜ਼ ਐਨ ਸ਼ਕੀਨ ਜੀ ਚੀਜ਼ ਲੈਣੀ ਆ, ਹੈ ਨਾ, ਜਿਹੜੀ ਦੱਸੇ ਵੀ ਹਾਂ ਖਰੀਦੀ ਆ। ਜਿਵੇਂ ਆਹ ਆਪਣਾ ਦੇਖੋ ਇੱਧਰ ਬੁਲਟ ਖੜਿਆ ਅਤੇ ਇਹਦੇ ਮੁਕਾਬਲੇ 'ਚ ਹੀ ਆ, ਹੈ ਨਾ। ਆਹ ਬੁਲਟ ਦੇ ਵੀ ਵਾਹਲੇ ਫੈਨ ਆ ਦੁਨੀਆ, ਇਹਨੂੰ ਵੀ ਬਹੁਤ ਭਰਾ ਫੋਨ ਕਰਦੇ ਆ ਵੀ ਸਾਨੂੰ ਦੇ ਦੇ, ਪਰ ਇਹ ਆਪਾਂ ਨੇ ਵੇਚਣੀ ਨਹੀਂ। ਅਤੇ ਆਹ ਚੋਟੀ ਦੋ ਦੰਦ ਤਿਆਰ ਹੋ ਕੇ ਤੁਹਾਡੇ ਸਾਹਮਣੇ ਅੱਜ ਪੇਸ਼ ਕਰਤੀ, ਉਹੀ ਗੱਲ ਆ, ਹੈ ਨਾ। ਕਿਉਂ ਖਰੀਦਣ ਵੇਲੇ ਫਿਰ ਉਹੀ ਗੱਲ ਆ, ਜਦੋਂ ਇੱਦਾਂ ਦੇ ਜਾਨਵਰ ਅੱਖਾਂ ਨੂੰ ਟੱਚ ਹੁੰਦੇ ਆ ਤਾਂ, ਹੈ ਨਾ, ਤਾਂ ਮੁੱਲ ਤਾਂ ਫਿਰ ਲਾਉਣਾ ਪੈਂਦਾ, ਹੈ ਨਾ। ਮੁੱਲ ਲਾ ਕੇ ਖਰੀਦੀਆਂ ਜਾਂਦੀਆਂ ਨੇ, ਮੁੱਲ ਲਾ ਕੇ ਆਪਾਂ ਨੇ ਖਰੀਦੀ ਹੈ ਇਹ। ਬਿਲਕੁਲ ਆਪਾਂ ਵੀਡੀਓ ਦੇ ਵਿੱਚ ਰੇਟ ਕਰਕੇ ਤੁਹਾਡੇ ਨਾਲ ਕਲੀਅਰ ਕਰ ਦਾਂਗੇ, ਕੋਈ ਗੱਲ ਨਹੀਂ ਵੀ ਕੀ ਗੱਲਬਾਤ ਆ, ਹੈ ਨਾ। ਅਤੇ ਇੱਕ ਮੇਨ ਗੱਲ, ਆਪਾਂ ਨੇ ਕੋਈ ਨਮਾਈ ਧਮਾਈ ਨਹੀਂ ਹੈਗੀ, ਹੈ ਨਾ। ਕਿਉਂ ਜਿਵੇਂ ਗੱਡੀ 'ਚ ਉਤਰੀ ਉਵੇਂ ਉਵੇਂ ਦਿਖਾਤੀ, ਹੈ ਨਾ। ਅਤੇ ਉਹੀ ਗੱਲ ਆ, ਵਾਹਲੀ ਸ਼ਿੰਗਾਰਨ ਦੀ ਲੋੜ ਨਹੀਂ ਹੁੰਦੀ। ਉਹੀ ਗੱਲ ਆ, ਚੀਜ਼ ਤਾਂ ਚਮਕਦੀ ਆ ਯਾਰ ਆਟੋਮੈਟਿਕ ਹੀ, ਹੈ ਨਾ, ਚੀਜ਼ ਤਾਂ ਚਮਕਦੀ ਆ। ਬਾਕੀ ਤੁਹਾਨੂੰ ਦੱਸੀ ਵੀ ਜਾਂਦਾ ਵੀ ਕੀ ਗੱਲਬਾਤ ਆ, ਹੈ ਨਾ। ਇਹਦਾ ਅੱਗੇ ਪਿੱਛੇ ਦੀ ਥਣ ਐਨ ਟੌਪ ਦਾ ਲੱਗਿਆ ਹੋਇਆ ਟੌਪ। ਬਾਕੀ ਦੁੱਧ ਵੀ 15 ਤੋਂ ਪਲੱਸ ਤਾਂ ਕੱਢੂਗੀ ਕਿਉਂਕਿ ਅਗਾੜੀ ਪਿਛਾੜੀ ਅਤੇ ਆਪਣੀ ਲੰਬਾਈ ਅਤੇ ਕੱਦ ਕਾਠ ਅਤੇ ਗੁੱਦ ਵਾਲੀ ਜਿਵੇਂ ਕਹਿ ਨਹੀਂ ਦਿੰਦੇ, ਹੈ ਨਾ, ਗੁੱਦ ਵਾਲੀ ਝੋਟੀ ਆ। ਅਤੇ ਮੂੰਹ ਪੱਖੋਂ ਤਾਂ ਉਹੀ ਗੱਲ ਆ, ਅੱਗੇ ਤਾਂ ਨਾ ਜਿਵੇਂ ਮੈਂ ਕਹਿੰਦਾ ਹੁੰਦਾ ਕਈ ਵਾਰੀ ਪਹਿਲਾਂ ਵੀ ਦੱਸੇ ਇੱਕ ਦੋ ਵੀਡੀਓ 'ਚ, ਹੈ ਨਾ, ਵੀ ਕੌਲੀ 'ਚ ਪਾਣੀ ਪੀਣ ਵਾਲਾ ਕੰਮ ਆ ਦੇਖੋ, ਹੈ ਨਾ। ਇੰਨਾ ਛੇਤੀ ਇੰਨੀ ਲੰਬਾਈ 'ਚ ਮੂੰਹ ਅਤੇ ਮਿਲਦਾ ਨਹੀਂ ਛੇਤੀ ਛੇਤੀ, ਹੈ ਨਾ। ਬਹੁਤ ਘੱਟ ਮਿਲਦੀਆਂ ਨੇ ਇੱਦਾਂ ਦੀਆਂ ਟੂਮਾਂ, ਹੈ ਨਾ। ਕਿਉਂ ਪੈਸੇ ਤਾਂ ਉਹੀ ਗੱਲ ਆ, ਦੁਨੀਆ ਚੱਕੀ ਫਿਰਦੀ ਆ, ਪਰ ਇੱਦਾਂ ਦੇ ਜਾਨਵਰ ਲੱਭ ਕੇ ਲਿਆਉਣਾ ਵੀ ਔਖਾ ਕੰਮ ਆ। ਆਹ ਦੇਖੋ ਹਰ ਐਂਗਲ ਤੋਂ ਦਿਖਾ ਦੂੰਗਾ ਤੁਹਾਨੂੰ, ਇਹੀ ਜੀ ਗੱਲ ਨਹੀਂ, ਪਰ ਹੈ ਬਾਕੀ ਮੂਰਤ। ਜਿਹੜਾ ਵੀ ਕੋਈ ਸੱਜਣ ਖਰੀਦੂਗਾ ਤਾਂ ਕ
घरे भेडे लाने वाली झोटी है, क्यों छेती छेती रीजनल इदा का सिंग नहीं मिलता। जे इदा का सिंग मिलता तो इदा का कद काठ नहीं मिलता, जे कद काठ मिलता तो इदा का थण थनौट नहीं मिलता। बाकी तुसी भरा सारे कमेंट करके भी दस्यो भी हजे 15 तरीक नूं तां इहदे दिन पूरे होने आ ते इहनूं कढ़ने हजे कई दिन है ना। आ देखो हजे कढ़दी है 5-7 दिन मेन, छेती इदा का थण थनौट लगता नहीं जिहड़ा इहनूं लग्या होया। मित्रों हुण ना पहले तुहानूं इक वारी पिछों तों तोर के जजमेंट कर लिओ भी की चीज़ आ है ना। लै आ जा इधरों पिछों तों दिखा देता जे मैं की गल बात। झोटी एन खुला आर्डर करूगी मोटा थल चंगी मोटी चवाई, दुध 15 तो बाहर कडूगी 2 दंद कट्टी, क्यों जिहड़ी चंगे थण थनौट दी अगाड़ी पिछाड़ी वाली थण पशु नूं चंगा हुंदा ना ओही नसल दुध दिंदी आ। ते मेन इहदा चोण जदों आपणे ओही गल नहीं छेती चिप्पण भी नहीं दिंदे झोटी, पर जदों आपणे चिप के लैती आ एन मोटी चवाई आ ते एन सिरा गल वरदा है ना। तो बाकी गल पशु तो अपने लवे होर भी आ 4-5, पर तुहानूं इही टूम आपां रोज इक झोटी ये दिखाया करांगे डेली डेली वीडियो कॉल दा ही आ कम है ना भी, नाले तो आप भरावां नाल जुड़े रहांगे ते नाले थोड़े नाल डेली वीडियो शेयर करते रहांगे है ना। ते ए झोटी का रेट है मित्रों, झोटी तो उही गल आ चाहे होर तुसीं अक्सर वीडियो देखदी हो है ना, क्यों कोई भी सज्जन आ हरेक चैनल ते तुसीं हरेक दी वीडियो देखदे हो, 2.5 लाख मंग लो जे 3 लाख मंगी जाओ है ना, क्यों मंगण नाल कोई किसी की उही गल आ किहड़ा इत्थे किहड़ा पंचायत सद्दणी हुंदी आ ना बई, मुल तो आपदा हुंदा किन्ना मर्जी करी जाओ है ना। ते बाकी गल सच एक तुहानूं होर दसदा भी जदों इह झोटी ना खरीदी मैं जदों सौदा निबड़ गया जिन्ने का मर्जी हो गया ते सौदे दे उपर दी पैसे देने ना यार 10,000 बयाना दिता, पर मां इह उन्हां दी भी गलती आ जिहड़े बंदिआं ने जाके उपर दी, जदों कोई भी व्यापारी है सारे काम करदे आ है ना, जदों आपां ने इह झोटी लै रखी आ उपर दी जाके मालकां नूं वध कहना है ना। ते बाकी जदों आपां झोटी लैण गए ते उह कहिंदे वी साडी झोटी तां वध विकदी आ वी सब तों सस्ती विकदी, फिर 15,000 रुपया वध देख लो सौदे दे उपर दी देना यार किन्ना औखा है ना कम। चलो बाकी आपां फिर भी झोटी नहीं छड्डी, बाकी मैं उहनां नूं भी कहना चाहूंगा जिहड़िआं ने ना तां नहीं लऊंगा मैं भी चल कई वारी कानूं है ना आपां ने ना औखा करना, पर उहनां दी गलती बहुत वड्डी आ, क्यों ना तां फिर किहड़ा उहनां नूं झोटी मिल गई। जे उही गल आ ਮੈਂ ਆਪਾਂ ਦਾ 15,000 ਵੱਧ ਲੈ ਕੇ ਲੈ ਲਈ ਕੋਈ ਗੱਲ ਨਹੀਂ, ਆਪਾਂ 15,000 ਆਪਾਂ ਵੱਧ ਵਿਕੇ ਜੇ ਘੱਟ ਵਿਕੇ ਹੈ ਨਾ, ਅਤੇ ਪਰ ਝੋਟੀ ਉਹਨਾਂ ਨੂੰ ਨਹੀਂ ਮਿਲੀ ਅਤੇ ਨੁਕਸਾਨ ਉਹਨਾਂ ਨੇ ਆਪਣਾ ਕਰਿਆ ਹੈ ਨਾ। ਚਲੋ ਬਾਕੀ ਉਹਨਾਂ ਨੂੰ ਵੀ ਜਿਹੜਾ ਨਹੀਂ, ਕਈ ਵਾਰੀ ਬੰਦਾ 10 ਰੁਪਿਆਂ ਦੇ ਸਾਈ 'ਤੇ ਵੀ ਨਹੀਂ ਮੁੱਕਰਦਾ, ਪਰ ਦੁਨੀਆਦਾਰੀ ਆ ਉਹ ਬੰਦੇ 10,000 ਬਿਆਨਾ ਲੈ ਕੇ ਵੀ ਮੁੱਕਰ ਗਏ ਦੇਖੋ ਹੈ ਨਾ, ਨਹੀਂ 10,000 ਦਾ ਅਗਲਾ ਕਹਿੰਦਾ ਵੀ ਦੁੱਗਣਾ ਬਿਆਨਾ ਬਣਦਾ ਹੈ ਨਾ, ਅਤੇ ਉਹ ਕਹਿੰਦੇ ਵੀ ਆਪਦਾ 10,000 ਰੁਪਇਆ ਲੈ ਕੇ ਲੈਣਾ ਲੈ ਜਾ, ਨਹੀਂ ਸਾਨੂੰ ਤਾਂ 15,000 ਰੁਪਇਆ ਹੋਰ ਬਣਦਾ, ਤੂੰ ਸਾਨੂੰ 15,000 ਰੁਪਇਆ ਹੋਰ ਦੇ। ਚਲੋ ਬਾਕੀ ਆਪਾਂ ਤਾਂ ਆਪਦਾ ਮਨ ਸਮਝਾ ਲਿਆ ਵੀ ਕੋਈ ਗੱਲ ਨਹੀਂ, ਐਂ ਸਮਝ ਲਿਆ ਵੀ 15,000 ਝੋਟੀ ਹੋਰ ਮਹਿੰਗੀ ਲੈ ਲਈ ਹੈ ਨਾ, ਪਰ ਕਸੂਰਵਾਰ ਉਹ ਨੇ ਜਿਹੜਿਆਂ ਨੇ ਜਾ ਕੇ ਉਹੀ ਗੱਲ ਆ ਕਿਸੇ ਦਾ, ਕਦੇ ਵੀ ਕਿਸੇ ਦਾ ਕੋਈ ਸੌਦਾ ਹੋਇਆ ਹੁੰਦਾ 5-3 ਬੋਲਣ ਨੂੰ ਉਹੀ ਗੱਲ ਆ ਵੀ ਅਗਲੇ ਤੋਂ ਨਫੇ ਨਾਲ ਬਣਦੀ ਆ ਗੱਲ ਤੋਂ ਲੈ ਲਓ, ਨਹੀਂ ਕੀ ਗੱਲ ਹੁੰਦੀ ਹੈ ਨਾ। ਲੈ ਇਹ ਝੋਟੀ ਮਿੱਤਰੋ ਆਪਾਂ ਦੇ ਦਾਂਗੇ 1,60,000 ਦੀ, 1,60,000 ਦਾ ਇਹ ਤੋਹਫਾ ਆਪਾਂ ਦੇ ਦਾਂਗੇ, ਕੋਈ ਵੀ ਭਰਾ ਆਪਾਂ ਤੋਂ ਖਰੀਦਣ ਦਾ ਚਾਹਵਾਨ ਹੋਇਆ ਤਾਂ ਆਪਣੇ ਨਾਲ ਕਰ ਲਿਓ ਸੰਪਰਕ। ਝੋਟੀ ਟੋਪ ਆ ਪੂਰੀ ਐਨ ਸ਼ਕੀਨੀ ਪੱਖਾ ਦੇਖੋ, ਓਰੀਜਨਲ ਸਿੰਗਾ ਐਨ ਚੰਗੀ ਬਣਾਵਟ ਦਾ ਉਹੀ ਗੱਲ ਆ, ਮੂੰਹ ਵਾਲਾ ਜਿਵੇਂ ਕੌਲੀ 'ਚ ਪਾਣੀ ਪੀਣ ਵਾਲਾ ਗੋਲ ਨਾਸਲ ਭਰਪੂਰਾ, ਦੇਖੋ ਸਿਰ ਛੋਟਾ ਜਿਹਾ ਸਿਰ ਹੈ ਝੋਟੀ ਦਾ, ਮੋਟਾ ਮੋਟਾ ਥਣ ਲੱਗਿਆ ਹੋਇਆ। 15 ਤਰੀਕ ਨੂੰ ਦਿਨ ਪੂਰੇ ਹੋਣੇ ਆ, 5-7 ਦਿਨ ਉੱਤੇ ਲਊਗੀ, 15 ਕਿਲੋ ਦੁੱਧ ਆਰਾਮ ਨਾਲ ਕੱਟੀ ਪਾ ਦੂਗੀ ਬਾਲਾ, ਕਹਿਣ ਦੀ ਵੀ ਉਹੀ ਗੱਲ ਔਖਾ ਕੰਮ ਹੈ ਨਾ। ਠੀਕ ਹੈ ਮਿੱਤਰੋ, ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਲਾਈਕ ਸ਼ੇਅਰ ਕਰ ਦਿਓ, ਅਤੇ ਸ਼ੇਅਰ ਅਤੇ ਕਮੈਂਟ ਕਰਨ ਵਾਲਿਆਂ ਨੂੰ ਮਿਲੂਗੀ ਮੋਹਰਾ ਦੀ ਕੱਟੀ। ਧੰਨਵਾਦ।